ਬਟਾਲਾ 'ਚ ਸੀਏ ਸਟਾਫ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਪੁਲਿਸ ਨੇ ਜਸਵਿੰਦਰ ਸਿੰਘ ਸੋਨਾ ਨੂੰ ਨਜਾਇਜ਼ ਅਸਲ ਸਮੇਤ ਕਾਬੂ ਕੀਤਾ। ਜਸਵਿੰਦਰ ਸਿੰਘ ਕੋਲੋਂ ਇੱਕ ਵਰਨਾ ਗੱਡੀ ਵੀ ਮਿਲੀ ਹੈ। ਪਿਛਲੇ ਦਿਨੀ ਪੁਲਿਸ ਮੁਕਾਬਲੇ ਦੌਰਾਨ ਬਟਾਲਾ ਪੁਲਿਸ ਵੱਲੋਂ ਫੜੇ ਗਏ ਬਬਲੂ ਗੈਂਗਸਟਰ ਦਾ ਜਸਵਿੰਦਰ ਸਿੰਘ ਸੋਨਾ ਸਾਥੀ ਦੱਸਿਆ ਜਾ ਰਿਹਾ ਹੈ ਅਤੇ ਜਸਵਿੰਦਰ ਸਿੰਘ ਸੋਨਾ ਬਬਲੂ ਗੈਂਗਸਟਰ ਨੂੰ ਗੋਲੀ ਸਿੱਕਾ ਸਪਲਾਈ ਕਰਦਾ ਸੀ। ਇਸ ਸਾਰੇ ਮਾਮਲੇ ਸੰਬੰਧੀ ਐਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਹੈ। ਮਾਨਯੋਗ ਐਸਐਸਪੀ ਬਟਾਲਾ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਇਆਂ ਨਜਾਇਜ਼ ਹਥਿਆਰ ਅਤੇ ਜਿਹੜੇ ਗੈਰ ਸਮਾਜਿਕ ਤੱਤ ਹੈਗੇ ਉਹਨਾਂ 'ਤੇ ਐਕਸ਼ਨ ਲੈਂਦੇ ਹੋਏ ਅਸੀਂ ਇੱਕ ਖਤਰਨਾਕ ਅਪਰਾਧੀ ਨੂੰ ਕਾਬੂ ਕੀਤਾ। ਇੰਚਾਰਜ CAA ਦੀ ਟੀਮ ਨੇ ਇਹਦੇ 'ਤੇ ਕਾਫੀ ਅੱਛਾ ਕੰਮ ਕੀਤਾ ਅਤੇ ਸਾਨੂੰ ਚੰਗੀ ਉਪਲਬਧੀ ਹਾਸਲ ਹੋਈ ਹੈ। ਇੱਕ ਦੋਸ਼ੀ ਅਸੀਂ ਅਰੈਸਟ ਕੀਤਾ, ਜਸਵਿੰਦਰ ਸਿੰਘ ਪੇਲੀ ਸੋਨਾ, ਇਹ ਵਾਸੀ ਠੇਠਰ ਕੇ ਡੇਰਾ ਬਾਬਾ ਨਾਨਕ। ਇਹਨੂੰ ਕਾਬੂ ਕਰਕੇ ਇਹਦੇ ਪਾਸੋਂ ਇੱਕ 32 ਬੋਰ ਦਾ ਪਿਸਟਲ ਨਾਲ 8 ਰੌਂਦ, ਇੱਕ 315 ਬੋਰ ਦਾ ਕੱਟਾ ਦੇਸੀ, 2 ਰੌਂਦ ਅਤੇ ਇੱਕ ਵਰਨਾ ਕਾਰ, ਇਹ ਤਿੰਨੇ ਚੀਜ਼ਾਂ ਜਿਹੜੀਆਂ ਇਹਦੇ ਪਾਸੋਂ ਰਿਕਵਰ ਕੀਤੀਆਂ ਨੇ। ਇਹ ਦੋਸ਼ੀ ਜਸਵਿੰਦਰ ਸਿੰਘ ਸੋਨਾ, ਜਿਸ ਦੇ ਖਿਲਾਫ਼ ਪਹਿਲਾਂ ਵੀ 3 ਕੇਸ ਦਰਜ ਹੋ ਚੁੱਕੇ ਹਨ, ਜਿਹਦੇ ਵਿੱਚ ਹਰਟ ਕੇਸਿਸ ਦੇ ਕੇਸ ਨੇ ਅਤੇ 307 IPC ਦੇ ਕੇਸ ਨੇ, ਆਰਮਜ਼ ਐਕਟ ਦੇ ਕੇਸ ਨੇ। ਇਸ ਦੋਸ਼ੀ ਨੂੰ ਅਸੀਂ ਪਹਿਲਾਂ ਤੋਂ ਕਾਫ਼ੀ ਦੇਰ ਤੋਂ ਭਾਲ ਕਰ ਰਹੇ ਸੀ, ਕਿਉਂਕਿ ਇਸ ਤੋਂ ਪਹਿਲਾਂ ਸਾਡੇ ਕੋਲ ਮੁਕੱਦਮਾ ਨੰਬਰ 124 ਮਿਤੀ 8/10/22 ਥਾਣਾ ਰੰਗੜ ਨੰਗਲ, ਜਿਸ ਦੇ ਵਿੱਚ ਰਣਜੋਤ ਸਿੰਘ ਬਬਲੂ ਨੂੰ ਪੁਲਿਸ ਨੇ ਇੱਕ ਕਾਰਵਾਈ ਕਰਦੇ ਹੋਏ ਜਿਹੜਾ ਐਨਕਾਊਂਟਰ ਕਰਦੇ ਹੋਏ ਉਸ ਸਮੇਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਤੇ ਰਣਜੋਤ ਬਬਲੂ ਪਾਸੋਂ ਕਾਫ਼ੀ ਮਾਤਰਾ ਦੇ ਵਿੱਚ ਸਾਡੇ ਕੋਲ ਉਹਦੇ ਕੋਲੋਂ ਸਾਨੂੰ ਹਥਿਆਰ ਅਤੇ ਐਮੂਨੀਸ਼ਨ ਬਰਾਮਦ ਹੋਇਆ ਸੀ। ਰਣਜੋਤ ਬਬਲੂ ਦੀ ਪੁੱਛਗਿੱਛ 'ਤੇ ਇਹ ਆਇਆ ਸੀ ਕਿ ਉਸ ਪਾਸੋਂ ਜਿਹੜੇ ਗੋਲੀ ਸਿੱਕਾ ਜੋ ਮਿਲਿਆ ਉਹ ਇਸੇ ਜਸਵਿੰਦਰ ਸਿੰਘ ਸੋਨਾ ਨੇ ਉਸਨੂੰ ਪ੍ਰੋਵਾਈਡ ਕੀਤਾ ਸੀ। ਅਤੇ ਜਸਵਿੰਦਰ ਸਿੰਘ ਸੋਨਾ ਉਸ ਕੇਸ ਦੇ ਵਿੱਚ ਵੀ ਇਸਦੀ ਅਰੈਸਟ ਕੀਤੀ ਜਾਏਗੀ। ਜਸਵਿੰਦਰ ਸਿੰਘ ਸੋਨਾ ਦੇ ਪਾਸੋਂ ਹੁਣ ਵੀ ਜਿਹੜੇ ਹਥਿਆਰ ਮਿਲਣੇ ਇਹਨਾਂ ਨੂੰ ਅਤੇ ਉਸ ਕੇਸ ਦੇ ਵਿੱਚ ਇਹਦਾ ਮੇਨ ਰੋਲ ਹੋਣਾ, ਇਸਨੂੰ ਫੜਿਆ ਜਾਣਾ ਸਾਡੇ ਵਾਸਤੇ ਇੱਕ ਚੰਗੀ ਉਪਲਬਧੀ ਹੈ। ਇਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਅਤੇ ਇਹਦਾ ਜਿਹੜਾ ਰਿਮਾਂਡ ਅੱਗੋਂ ਹਾਸਲ ਕਰਕੇ ਅੱਗੋਂ ਫਰਦਰ ਜਿਹੜੀ ਪੁੱਛਗਿੱਛ ਜਿਹੜੀ ਜਾਰੀ ਹੈ। ਬਟਾਲਾ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।